ਸ੍ਰੀ ਸਿੱਖ ਗੁਰਦੁਆਰਾ ਕਮੇਟੀ ਦੇ ਚੁਣਾਵ ਦੀ ਸਰਗਰਮੀਆਂ ਬਿਲਕੁਲ ਜ਼ੋਰਾਂ 'ਤੇ ਨੇ। ਹਰ ਉਮੀਦਵਾਰ ਆਪਣਾ ਪ੍ਰਚਾਰ ਕਰ ਰਿਹਾ, ਹਰ ਪਾਰਟੀ ਦਾ ਉਮੀਦਵਾਰ ਆਪਣਾ ਪ੍ਰਚਾਰ ਕਰ ਰਿਹਾ। ਵਾਰਡ ਨੰਬਰ 18 ਰਜੌਰੀ ਗਾਰਡਨ ਅਤੇ ਸੁਭਾਸ਼ ਨਗਰ ਦੇ ਉਮੀਦਵਾਰ ਸਰਦਾਰ ਹਰਮਨਜੀਤ ਸਿੰਘ ਜੀ ਜੋ ਸਾਡੇ ਨਾਲ ਨੇ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ। ਔਰ ਤੁਹਾਨੂੰ ਦੱਸ ਦਈਏ, ਇਹ ਜੋ ਨੇ ਐਸ ਜੀ ਪੀ ਸੀ ਦੇ ਸਦੱਸਿਆ ਵੀ ਨੇ ਔਰ ਨਾਲ ਹੀ ਇਹ ਰਜੌਰੀ ਗਾਰਡਨ ਸਿੰਘ ਸਭਾ ਦੇ ਪ੍ਰਧਾਨ ਵੀ ਨੇ। ਪਿਛਲੇ 2 ਸਾਲਾਂ ਤੋਂ ਲਗਾਤਾਰ ਜਿੱਤਦੇ ਆਏ ਨੇ ਔਰ ਕਾਫੀ ਵੱਡੀ ਹੈਸੀਅਤ ਹੈ ਇਹਨਾਂ ਦੀ ਆਪਣੇ ਇਲਾਕੇ ਦੇ ਅੰਦਰ। ਇਹਨਾਂ ਨੇ ਆਪਣੇ ਇਲਾਕੇ ਦੇ ਜਿਹੜੇ ਉਮੀਦਵਾਰ ਨੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਹਰਪਾਲ ਖੋਚੜ, ਉਹਨਾਂ ਨੂੰ ਹੁਣੇ ਪਿਛਲੇ ਮਹੀਨੇ ਹੀ ਸਿੰਘ ਸਭਾ ਦੇ ਚੁਣਾਵ ਦੇ ਵਿੱਚ ਸ਼ਿਰਕਤ ਦਿੱਤੀ ਸੀ। ਅਸੀਂ ਗੱਲ ਕਰਾਂਗੇ ਹਰਮਨਜੀਤ ਸਿੰਘ ਜੀ ਨਾਲ। ਹਰਮਨਜੀਤ, ਸਵਾਗਤ ਆ ਆਪਕਾ ਤੁਹਾਡਾ। ਦਿੱਲੀ ਕਮੇਟੀ ਦੇ ਚੁਣਾਵ ਨੇ ਔਰ ਕਾਫੀ ਲਹਿਰ ਚੱਲ ਰਹੀ ਇਸ ਟਾਈਮ, ਕੀ ਲੱਗਦਾ ਕਿ ਤੁਸੀਂ ਹੁਣੇ ਚੁਣਾਵ ਜਿੱਤੇ ਹੋ, ਹਾਲੇ ਮਹੀਨਾ ਹੀ ਹੋਇਆ ਆਪ ਸਿੰਘ ਸਭਾ ਦੇ, ਹੁਣ ਜਿਹੜੇ ਚੁਣਾਵ ਹੋ ਰਹੇ ਨੇ ਦਿੱਲੀ ਕਮੇਟੀ, ਉਹਦੇ ਤੁਹਾਨੂੰ ਕਿੰਨਾ ਫਾਇਦਾ ਮਿਲਦਾ ਨਜ਼ਰ ਆ ਰਿਹਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਨੂੰ, ਮੈਂ ਜਿੱਥੇ ਵੀ ਜਾ ਰਿਹਾ ਵਾਂ, ਕਿਤੇ ਵੀ ਮਤਲਬ ਵੱਡੀ ਤੋਂ ਵੱਡੀ ਮੀਟਿੰਗ ਕੀਤੀ ਹੈ, ਕਾਰਨਰ ਮੀਟਿੰਗ ਕੀਤੀ ਹੈ ਇਹਨਾਂ ਦੇ, 50 ਵੀ ਬੰਦੇ, 40 ਬੰਦੇ ਵੀ ਆਏ ਨੇ, ਇਸਤਰੀ ਸਤਸੰਗ ਵਾਲਿਆਂ ਨਾਲ ਮੀਟਿੰਗ ਕੀਤੀ ਗਈ ਹੈ, ਮੈਨੂੰ ਇਤਨਾ ਪਿਆਰ ਮਿਲ ਰਿਹਾ, ਇਤਨਾ ਕੁ ਮੈਨੂੰ ਉਹਨਾਂ ਦੇ ਕੋਲੋਂ ਸਪੋਰਟ ਮਿਲੀ ਹੈਗੀ ਹੈ। ਲੋਕ ਅਰਦਾਸਾਂ ਕਰਦੇ ਹੈਗੇ ਨੇ, ਕਹਿੰਦੇ ਨੇ ਜੀ ਅਸੀਂ ਤਾਂ ਅਰਦਾਸ ਅੱਜ ਤੋਂ ਹੀ ਸ਼ੁਰੂ ਕਰ ਦਿੱਤੀ ਹੈਗੀ ਹੈ ਕਿ ਵੀ ਅਸੀਂ ਨਾ ਹਰਮਨਜੀਤ ਨੂੰ ਹੀ ਚਾਹੁੰਦੇ ਹੈਗੇ ਹਾਂ ਅਸੀਂ, ਅਤੇ ਇਸ ਕਰਕੇ ਹਾਲਾਂ ਮੈਂ ਇੰਨਾ ਕਾਬਲ ਵੀ ਨਹੀਂ ਹੈਗਾ ਵਾਂ, ਇੰਨੀ ਗੱਲਬਾਤ ਵੀ ਨਹੀਂ ਮੇਰੇ 'ਚ, ਮੈਨੂੰ ਜਿੰਨਾ ਪਿਆਰ ਮਿਲ ਰਿਹਾ ਹੈਗਾ ਵੇ, ਜਿਤਨਾ ਕੁ ਮੈਨੂੰ ਇਹਨਾਂ ਦੀ ਸਪੋਰਟ ਮਿਲੀ ਹੈਗੀ ਹੈ ਆਪਣਾ ਸੰਗਤ ਦੀ, ਮੈਂ ਸੰਗਤ ਦਾ ਹਮੇਸ਼ਾ ਰਿਣੀ ਰਹਾਂਗਾ। ਇਸ ਹਿਸਾਬ ਦੇ ਨਾਲ ਮੈਂ ਅੱਛਾ, ਸੁਭਾਸ਼ ਨਗਰ ਮੇਰਾ ਨਵਾਂ ਏਰੀਆ, ਮੈਂ ਜਿੱਥੇ ਜਾਂਦਾ ਗਾ ਵਾਂ ਮੈਨੂੰ ਉਹਨਾਂ ਐਸੀ ਖੁਸ਼ਬੂ ਪਹੁੰਚੀ ਹੁੰਦੀ ਹੈਗੀ ਹੈ, ਕਿਉਂਕਿ ਇੱਥੇ ਅਸੀਂ ਕੰਮ ਬੜੇ ਕੀਤੇ ਹੈਗੇ ਸੀਗੇ, ਸਕੂਲ ਦੇ ਅਸੀਂ ਬੜੇ ਕੰਮ ਕੀਤੇ ਨੇ, ਸਕੂਲ ਸਾਡਾ ਸੁਭਾਸ਼ ਨਗਰ ਦੇ ਨਾਲ ਹੀ ਹੈਗਾ ਬਿਲਕੁਲ ਹੀ, ਅਤੇ ਉੱਥੇ ਵੀ ਨਾ ਜਦੋਂ ਸੰਗਤ ਪੁੱਛ ਲੈਂਦੀ ਹੈਗੀ ਨਾ ਐ ਵੀ ਦੋਨਾਂ ਵਿੱਚੋਂ ਜਾਂ ਤਿੰਨਾਂ ਵਿੱਚੋਂ ਡਿਫਰੈਂਸ ਕੀ ਹੈਗਾ ਵੇ, ਉਹ ਫਿਰ ਮੈਨੂੰ ਐਸਾ ਪਿਆਰ ਦਿੰਦੀ ਹੈਗੀ, ਐਸਾ, ਕਿਉਂਕਿ ਲੋਕਾਂ ਨੂੰ ਕੰਮ ਕਰਨ ਵਾਲਾ ਬੰਦਾ ਚਾਹੀਦਾ ਹੈਗਾ। ਇੱਥੇ ਕਹਿੰਦੇ ਤਾਂ ਬੜੇ ਕੁਛ ਹੈਗੇ ਨੇ, ਅਸੀਂ ਕਹਿੰਦੇ ਘਾਟਾਂ ਅਤੇ ਕਰਦੇ ਜ਼ਿਆਦਾ ਹੈਗੇ, ਅਸੀਂ ਜੋ ਕਿਹਾ ਹੈਗਾ ਵੇ ਉਹ ਕੀਤਾ ਹੈਗਾ ਵੇ, ਅਤੇ ਸਾਡੇ ਕਹਿਣੇ ਅਤੇ ਕਰਨੇ 'ਚ ਬੜਾ ਅੰਤਰ ਹੈਗਾ, ਅਸੀਂ ਤਾਂ ਜੋ ਕਹਾਂਗੇ ਉਹ ਕਰਾਂਗੇ ਹੀ ਕਰਾਂਗੇ ਹਰ ਹਾਲਤ ਵਿੱਚ।